ਯਾਰ ਵੈਸੇ ਤਾਂ SBI ਇੰਡੀਆ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਬੈਂਕ ਹੈ ਅਤੇ ਇੱਕ ਤਰੀਕੇ ਨਾਲ ਸੇਫ ਵੀ ਹੈ, ਬਟ ਫਿਰ ਵੀ SBI ਆਪਣੇ ਸੇਵਿੰਗ ਅਕਾਊਂਟ ਅਤੇ FD ਤੇ ਸਭ ਤੋਂ ਘੱਟ ਇੰਟਰਸਟ ਰੇਟ ਦਿੰਦਾ ਹੈ। ਅਤੇ ਵਿਊਵਰਸ ਅਕਸਰ ਹੀ ਸਾਨੂੰ ਕਮੈਂਟਸ ਦੇ ਵਿੱਚ ਪੁੱਛਦੇ ਆ ਵੀ SBI ਦਾ ਸੇਵਿੰਗ ਅਕਾਊਂਟ ਅਸੀਂ ਕਿਉਂ ਹੀ ਖੁਲਵਾਈਏ ਜੋ ਸਾਨੂੰ AU ਜਾਂ IDFC ਵਰਗੇ ਬੈਂਕਾਂ ਦੇ ਵਿੱਚ ਵਧੀਆ ਇੰਟਰਸਟ ਰੇਟ ਮਿਲ ਰਿਹਾ। ਤਾਂ ਇਹਦੇ 3 ਕਾਰਨ ਨੇ। ਪਹਿਲਾ ਕਾਰਨ ਇਹ ਹੈ ਕਿ SBI ਦੀਆਂ ਜਿਹੜੀਆਂ ਬ੍ਰਾਂਚੇਸ ਆ ਉਹ ਤੁਹਾਨੂੰ ਇੰਡੀਆ ਦੇ ਹਰ ਇੱਕ ਕੋਨੇ 'ਚ ਮਿਲ ਜਾਣਗੀਆਂ। ਤੁਹਾਡੇ ਅਕਾਊਂਟ ਨਾਲ ਕੁਝ ਵੀ ਗੜਬੜ ਹੁੰਦੀ ਆ ਤੁਸੀਂ ਬ੍ਰਾਂਚ ਜਾ ਕੇ ਸੌਟ ਆਊਟ ਕਰ ਸਕਦੇ ਹੋ, ਬਟ ਜਿਹੜੇ ਛੋਟੇ ਪ੍ਰਾਈਵੇਟ ਬੈਂਕ ਨੇ ਜਿਵੇਂ ਕਿ AU ਜਾਂ IDFC ਉਹਨਾਂ ਦੀਆਂ ਕਾਫੀ ਲਿਮਿਟਡ ਬ੍ਰਾਂਚੇਸ ਨੇ। ਨੰਬਰ 2, ਹਾਲਾਂਕਿ SBI ਦੇ ਇੰਟਰਸਟ ਰੇਟ ਸਭ ਤੋਂ ਘੱਟ ਨੇ ਪਰ PSU ਬੈਂਕਾਂ ਦੇ ਵਿੱਚ ਤੁਹਾਨੂੰ ਲੋਨ ਵਗੈਰਾ ਤੇ ਰੇਟ ਕਾਫੀ ਵਧੀਆ ਮਿਲ ਜਾਂਦੇ ਆ, ਤੇ ਜੇਕਰ ਤੁਹਾਡਾ ਇਹਨਾਂ ਬੈਂਕਾਂ ਦੇ ਵਿੱਚ ਅਕਾਊਂਟ ਹੈ ਤਾਂ ਲੋਨ ਲੈਣ ਦੇ ਵਿੱਚ ਪ੍ਰੈਫਰੈਂਸ ਮਿਲ ਜਾਂਦੀ ਆ। ਤੇ ਤੀਸਰਾ ਪੁਆਇੰਟ ਇਹ ਹੈ ਵੀ ਲੋਨ ਤਾਂ ਤੁਹਾਨੂੰ ਫਿਰ ਵੀ ਕਿਤੇ ਨਾ ਕਿਤੇ ਮਿਲ ਜਾਊਗਾ। PSU ਬੈਂਕਾਂ ਦਾ ਸਭ ਤੋਂ ਵੱਡਾ ਬੈਨੀਫਿਟ ਹੈ ਜਿਹੜੀਆਂ ਸਰਵਿਸਿਜ਼ ਇਹ ਦਿੰਦੀਆਂ ਨੇ, ਜਿਵੇਂ ਕਿ ਬੈਂਕ ਲੌਕਰ ਹੋ ਗਿਆ। ਹੁਣ PSU ਬੈਂਕਾਂ ਦੇ ਵਿੱਚ ਬੈਂਕ ਲੌਕਰ ਪ੍ਰਾਈਵੇਟ ਬੈਂਕਾਂ ਦੇ ਵਿੱਚ ਕੰਪੈਰੀਜ਼ਨਲੀ ਕਾਫੀ ਸਸਤਾ ਮਿਲਦਾ ਹੈ। ਚਲੋ ਹੁਣ ਇੱਥੇ ਇਹ ਤਾਂ ਸਮਝ ਆ ਗਿਆ ਵੀ SBI ਦੇ ਵਿੱਚ ਅਕਾਊਂਟ ਤਾਂ ਹੋਣਾ ਚਾਹੀਦਾ ਹੈ। ਤੇ ਜ਼ੀਰੋ ਬੈਲੈਂਸ ਅਕਾਊਂਟ ਦੇ ਤੌਰ ਤੇ ਦੇਖਿਆ ਜਾਵੇ ਤਾਂ SBI 4 ਆਪਸ਼ਨ ਦਿੰਦਾ ਹੈ, 2 ਆਨਲਾਈਨ ਤੇ 2 ਆਫਲਾਈਨ। ਅੱਜ ਦੇ ਇਸ ਵੀਡੀਓ ਦੇ ਵਿੱਚ ਆਪਾਂ SBI ਦੇ ਜ਼ੀਰੋ ਬੈਲੈਂਸ ਅਕਾਊਂਟ ਓਪਨਿੰਗ ਦੇ ਰਿਗਾਰਡਿੰਗ ਹਰ ਇੱਕ ਚੀਜ਼ ਸਮਝਾਂਗੇ, ਇਹਦੇ ਪ੍ਰੋਸ ਕੌਨਸ, ਕਿਹਨੂੰ ਕਿਹੜਾ ਅਕਾਊਂਟ ਖੁਲਵਾਉਣਾ ਚਾਹੀਦਾ, ਤੇ ਐਂਡ ਤੇ ਤੁਹਾਨੂੰ ਇਹਨਾਂ ਦੇ ਅਕਾਊਂਟ ਓਪਨਿੰਗ ਦਾ ਪੂਰਾ ਪ੍ਰੋਸੈਸ ਵੀ ਦੇਖਣ ਨੂੰ ਮਿਲੇਗਾ। ਤਾਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ SBI ਜ਼ੀਰੋ ਬੈਲੈਂਸ ਅਕਾਊਂਟ ਦੇ ਤੌਰ ਤੇ ਤੁਹਾਨੂੰ 4 ਆਪਸ਼ਨ ਦਿੰਦਾ ਹੈ। ਪਹਿਲਾ ਹੈ SBI ਇੰਸਟਾ ਪਲੱਸ ਸੇਵਿੰਗ ਅਕਾਊਂਟ, ਦੂਜਾ SBI ਡਿਜੀਟਲ ਸੇਵਿੰਗ ਅਕਾਊਂਟ, ਤੀਜਾ SBI ਬੇਸਿਕ ਸੇਵਿੰਗ ਬੈਂਕ ਡਿਪੋਜ਼ਿਟ ਅਕਾਊਂਟ ਤੇ SBI ਸੇਵਿੰਗ ਅਕਾਊਂਟ। ਹੁਣ ਪਹਿਲੇ ਜੋ 2 ਅਕਾਊਂਟ ਨੇ ਇੰਸਟਾ ਪਲੱਸ ਤੇ ਡਿਜੀਟਲ ਸੇਵਿੰਗ ਅਕਾਊਂਟ, ਉਹ ਤੁਸੀਂ ਆਨਲਾਈਨ ਓਪਨ ਕਰ ਸਕਦੇ ਹੋ। ਲਾਸਟ ਵਾਲੇ ਜਿਹੜੇ 2 ਨੇ ਬੇਸਿਕ ਸੇਵਿੰਗ ਤੇ SBI ਸੇਵਿੰਗ, ਉਹ ਤੁਹਾਨੂੰ ਬ੍ਰਾਂਚ ਜਾ ਕੇ ਹੀ ਓਪਨ ਕਰਵਾਉਣੇ ਪੈਣਗੇ। ਹੁਣ ਜਿਹੜਾ ਬੇਸਿਕ ਸੇਵਿੰਗ ਅਕਾਊਂਟ ਹੈ, ਜਿਵੇਂ ਕਿ ਉਹਦੇ ਨਾਮ ਤੋਂ ਹੀ ਪਤਾ ਚੱਲ ਰਿਹਾ ਕਿ ਕਾਫੀ ਬੇਸਿਕ ਫੀਚਰ ਮਿਲਣਗੇ ਇਸ ਅਕਾਊਂਟ ਦੇ ਵਿੱਚ, ਮਤਲਬ ਕਿ ਕਾਫੀ ਲਿਮਿਟਡ ਫੀਚਰਸ ਮਿਲਣਗੇ। ਬੇਸਿਕਲੀ ਵਾਲਾ ਜਿਹੜਾ ਅਕਾਊਂਟ ਹੈ ਇਹ ਸੋਸਾਇਟੀ ਦੇ ਉਹਨਾਂ ਅੰਡਰ ਪ੍ਰਿਵਿਲੇਜਡ ਸੈਕਸ਼ਨਸ ਲਈ ਬਣਾਇਆ ਗਿਆ ਸੀ ਤਾਂ ਕਿ ਉਹਨਾਂ ਨੂੰ ਸੇਵਿੰਗ ਕਰਨ ਦੇ ਲਈ ਐਨਕਰੇਜ ਕੀਤਾ ਜਾ ਸਕੇ। ਤੇ ਜਿਹੜਾ SBI ਸੇਵਿੰਗ ਅਕਾਊਂਟ ਹੈ ਇੱਕ ਫੁੱਲ ਫਲੈਜਡ ਅਕਾਊਂਟ ਹੈ ਜਿਹਦੇ ਵਿੱਚ ਕੋਈ ਲਿਮਿਟੇਸ਼ਨ ਨਹੀਂ ਹੈ, ਤੇ ਵਾਲਾ ਅਕਾਊਂਟ ਖੁਲਵਾਉਣ ਦੇ ਲਈ ਤੁਹਾਨੂੰ ਬ੍ਰਾਂਚ ਜਾਣਾ ਪਏਗਾ। ਪਰ ਪ੍ਰੋਬਲਮ ਇਹ ਆਉਂਦੀ ਹੈ ਵੀ ਜੋ ਤੁਸੀਂ ਬ੍ਰਾਂਚ ਜਾ ਕੇ ਜ਼ੀਰੋ ਬੈਲੈਂਸ ਅਕਾਊਂਟ ਓਪਨਿੰਗ ਲਈ ਕਹਿੰਦੇ ਹੋ ਤਾਂ ਉਹਨਾਂ ਨੇ ਆਪਣੇ ਟਾਰਗੇਟ ਪੂਰੇ ਕਰਨੇ ਹੁੰਦੇ ਆ, ਤਾਂ ਉੱਥੇ ਤੁਹਾਨੂੰ ਮਨਾ ਕਰ ਦਿੱਤਾ ਜਾਂਦਾ ਹੈ। ਹਾਲਾਂਕਿ SBI ਦੀ ਵੈਬਸਾਈਟ ਤੇ ਕਲੀਅਰਲੀ ਮੈਂਸ਼ਨ ਹੈ ਕਿ ਜ਼ੀਰੋ ਬੈਲੈਂਸ ਅਕਾਊਂਟ ਹੈ। ਜੋ ਤੁਸੀਂ ਬ੍ਰਾਂਚ ਜਾਂਦੇ ਹੋ ਤਾਂ ਲੋਕ ਤੁਹਾਨੂੰ ਘੁਮਾ ਫਰਾ ਦਿੰਦੇ ਆ ਵੀ ਰੀਸੈਂਟਲੀ ਹੁਣੇ ਹੁਣੇ ਬੰਦ ਹੋ ਗਿਆ ਅਕਾਊਂਟ, ਤੇ ਜੇ ਜ਼ੀਰੋ ਬੈਲੈਂਸ ਅਕਾਊਂਟ ਲਈ ਮੰਨ ਵੀ ਜਾਂਦੇ ਆ ਤਾਂ 2-3 ਹਜ਼ਾਰ ਦੀ ਤੁਹਾਡੀ ਕੋਈ ਇੰਸ਼ੋਰੈਂਸ ਕਰ ਦੇਣਗੇ ਕਿ ਕਰਵਾਉਣੀ ਜ਼ਰੂਰੀ ਹੈ। ਹਾਲਾਂਕਿ RBI ਨੇ ਕਿਹਾ ਹੋਇਆ ਵੀ ਇਦਾਂ ਦਾ ਕੁਝ ਵੀ ਨਹੀਂ ਹੈ। ਸੋ ਕਹਿਣ ਦਾ ਭਾਵ ਇਹ ਹੈ ਕਿ ਜ਼ੀਰੋ ਬੈਲੈਂਸ ਵਾਲਾ ਅਕਾਊਂਟ ਜਿਹੜਾ ਮਿਲਣਾ ਨਾ ਉਹ ਕਾਫੀ ਮੁਸ਼ਕਲ ਹੈ। ਹੁਣ ਇਸ ਤੋਂ ਬਾਅਦ ਬਚਦੇ ਆ 2 ਅਕਾਊਂਟ, ਇੰਸਟਾ ਪਲੱਸ ਤੇ ਡਿਜੀਟਲ ਸੇਵਿੰਗ, ਜਿਹੜੇ ਕਿ ਤੁਸੀਂ ਜ਼ੀਰੋ ਬੈਲੈਂਸ ਦੇ ਤੌਰ ਤੇ ਖੁਲਵਾ ਸਕਦੇ ਹੋ। ਇੰਸਟਾ ਪਲੱਸ ਇੱਕ ਫੁੱਲੀ ਡਿਜੀਟਲ ਅਕਾਊਂਟ ਹੈ ਜਿਹੜੇ ਕਿ ਤੁਸੀਂ ਘਰ ਬੈਠ ਕੇ ਅਕਾਊਂਟ ਖੁਲਵਾ ਸਕਦੇ ਹੋ, ਤੇ ਜਿਹੜਾ ਡਿਜੀਟਲ ਸੇਵਿੰਗ ਅਕਾਊਂਟ ਹੈ ਉਹਦੇ ਲਈ ਬੇਸਿਕਲੀ ਤੁਸੀਂ ਆਨਲਾਈਨ ਰਜਿਸਟਰ ਕਰਦੇ ਹੋ ਤੇ ਤੁਹਾਨੂੰ ਇੱਕ ਰੈਫਰੈਂਸ ਨੰਬਰ ਮਿਲ ਜਾਂਦਾ ਹੈ। ਉਸ ਤੋਂ ਬਾਅਦ ਉਹ ਰੈਫਰੈਂਸ ਨੰਬਰ ਲੈ ਕੇ ਤੁਹਾਨੂੰ ਬ੍ਰਾਂਚ ਜਾਣਾ ਪੈਂਦਾ ਆਪਣੀ KYC ਕੰਪਲੀਟ ਕਰਨ ਦੇ ਲਈ। ਸੋ ਸਹੀ ਮਾਇਨੇ ਦੇ ਵਿੱਚ ਇੱਕ ਇੰਸਟਾ ਪਲੱਸ ਸੇਵਿੰਗ ਅਕਾਊਂਟ ਹੀ ਹੈ ਜੋ ਘਰ ਬੈਠ ਕੇ ਖੁੱਲ ਸਕਦਾ ਹੈ। ਚਲੋ ਫਿਰ ਹੁਣ ਦੇਖਦੇ ਹਾਂ SBI ਦੇ ਇੰਸਟਾ ਪਲੱਸ ਸੇਵਿੰਗ ਅਕਾਊਂਟ ਦੀ ਡਿਟੇਲਸ। ਸਭ ਤੋਂ ਪਹਿਲਾਂ ਦੇਖਦੇ ਹਾਂ ਇਸ ਅਕਾਊਂਟ ਦੀ ਐਲੀਜੀਬਿਲਟੀ, ਤੇ ਇਹਦੇ ਲਈ 3 ਇੰਪੋਰਟੈਂਟ ਕੰਡੀਸ਼ਨਸ ਨੇ ਜੋ ਮੈਂ ਤੁਹਾਨੂੰ ਦੱਸ ਦਿੰਦਾ। ਨੰਬਰ 1, ਕਿ ਇਹ ਵਾਲਾ ਅਕਾਊਂਟ ਖੁਲਵਾਉਣ ਤੋਂ ਪਹਿਲਾਂ ਤੁਹਾਡਾ ਕੋਈ ਵੀ ਐਗਜ਼ਿਸਟਿੰਗ ਰਿਲੇਸ਼ਨਸ਼ਿਪ ਨਹੀਂ ਹੋਣਾ ਚਾਹੀਦਾ SBI ਦੇ ਨਾਲ, ਮਤਲਬ ਕਿ ਨਾ ਤਾਂ ਤੁਹਾਡਾ ਕੋਈ ਅਕਾਊਂਟ ਹੋਣਾ ਚਾਹੀਦਾ, ਨਾ ਕੋਈ ਲੋਨ, ਨਾ ਕੋਈ PF, ਨਾ ਕੋਈ PPF ਵਗੈਰਾ ਕੁਝ ਨਹੀਂ ਹੋਣਾ ਚਾਹੀਦਾ। ਤੇ ਜੇਕਰ ਇਹਨਾਂ ਤੋਂ ਇੱਕ ਵੀ ਚੀਜ਼ ਤੁਹਾਡੀ SBI ਦੇ ਨਾਲ ਹੈ ਤਾਂ ਤੁਸੀਂ ਇਹ ਵਾਲਾ ਅਕਾਊਂਟ ਨਹੀਂ ਖੁਲਵਾ ਸਕਦੇ। ਨੰਬਰ 2, ਤੁਹਾਡਾ ਮੋਬਾਈਲ ਨੰਬਰ ਤੇ ਤੁਹਾਡੀ ਈਮੇਲ ID ਤੁਹਾਡੇ ਆਧਾਰ ਕਾਰਡ ਨਾਲ ਲਿੰਕ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਤੁਸੀਂ ਵੀਡੀਓ KYC ਕਰਨ ਜਾਓਗੇ ਤਾਂ ਉਹ ਦੋਨੋਂ OTP ਤੁਹਾਨੂੰ ਵੈਰੀਫਾਈ ਕਰਨੇ ਪੈਣਗੇ। ਨੰਬਰ 3, ਇਹਦੇ ਵਿੱਚ ਮੋਡ ਆਫ ਆਪਰੇਸ਼ਨ ਸਿੰਗਲ ਹੀ ਰਹੇਗਾ, ਇਸ ਅਕਾਊਂਟ ਦੇ ਵਿੱਚ ਤੁਹਾਨੂੰ ਜੁਆਇੰਟ ਅਕਾਊਂਟ ਖੁਲਵਾਉਣ ਦਾ ਆਪਸ਼ਨ ਨਹੀਂ ਮਿਲੇਗਾ। ਹੁਣ ਇਹ ਤਾਂ ਹੋ ਗਈ ਇਸ ਅਕਾਊਂਟ ਦੀ ਐਲੀਜੀਬਿਲਟੀ ਦੀ ਗੱਲ, ਹੁਣ ਆਪਾਂ ਇਸ ਅਕਾਊਂਟ ਦੇ ਫੀਚਰਸ ਵੀ ਦੇਖ ਲੈਂਦੇ ਹਾਂ। ਇਸ ਅਕਾਊਂਟ ਦੇ ਨਾਲ ਤੁਹਾਨੂੰ ਕਲਾਸਿਕ ਰੁਪਏ ਡੈਬਿਟ ਕਾਰਡ ਮਿਲੇਗਾ, ਜਿਹਨੂੰ ਕਿ ਇਸ਼ੂ ਕਰਨ ਦਾ ਤਾਂ ਕੋਈ ਚਾਰਜ ਨਹੀਂ ਹੈ, ਬਟ ਉਸ ਤੋਂ ਬਾਅਦ 200 ਰੁਪਏ ਪਲੱਸ GST ਦੀ ਐਨੂਅਲ ਫੀਸ ਜ਼ਰੂਰ ਲੱਗੇਗੀ। ਤੇ ਇਸ ਕਾਰਡ ਨੂੰ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹੋ, ਤੇ ਕਸਟਮਾਈਜੇਸ਼ਨ ਦਾ ਆਪਸ਼ਨ ਤੁਹਾਨੂੰ ਅਪਲਾਈ ਕਰਦੇ ਟਾਈਮ ਹੀ ਮਿਲ ਜਾਏਗਾ। ਇੰਸਟਾ ਪਲੱਸ ਸੇਵਿੰਗ ਅਕਾਊਂਟ ਦੇ ਵਿੱਚ ਤੁਹਾਨੂੰ ਕੋਈ ਕੰਪਲੀਮੈਂਟਰੀ ਪਾਸਬੁੱਕ ਜਾਂ ਚੈੱਕਬੁੱਕ ਨਹੀਂ ਮਿਲਦੀ, ਬਟ ਜੇਕਰ ਤੁਹਾਨੂੰ ਇਹ ਚੀਜ਼ਾਂ ਚਾਹੀਦੀਆਂ ਤਾਂ ਤੁਸੀਂ ਅਲੱਗ ਤੋਂ ਅਪਲਾਈ ਕਰ ਸਕਦੇ ਹੋ। ਚਲੋ ਹੁਣ ਦੇਖਦੇ ਹਾਂ ਵੀ ਇਹ ਇੰਸਟਾ ਪਲੱਸ ਸੇਵਿੰਗ ਅਕਾਊਂਟ ਨੂੰ ਖੁਲਵਾਉਣਾ ਕਿਵੇਂ ਹੈ, ਇਹਦਾ ਪੂਰੇ ਦਾ ਪੂਰਾ ਪ੍ਰੋਸੈਸ ਤੁਹਾਨੂੰ ਮੈਂ ਦੱਸੂੰਗਾ। ਹੁਣ ਇਹਦੇ ਲਈ ਤੁਸੀਂ ਸਭ ਤੋਂ ਪਹਿਲਾਂ SBI YONO
ਯੋਨੋ ਐਪ ਡਾਊਨਲੋਡ ਕਰਨਾ। ਇਹ ਐਪ ਨੂੰ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। ਧਿਆਨ ਰਹੇ ਕਿ ਇਹਦਾ SBI ਯੋਨੋ ਲਾਈਟ ਐਪ ਵੀ ਆਉਂਦਾ, ਤੁਸੀਂ ਉਹ ਵਾਲਾ ਡਾਊਨਲੋਡ ਨਹੀਂ ਕਰਨਾ। ਹੁਣ ਇੱਥੇ ਜੇਕਰ ਪੈਸੇ ਕਮਾਉਣ ਦੀ ਗੱਲ ਆਉਂਦੀ ਤਾਂ ਮੈਂ ਵੀ ਇਸ ਐਪ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਸਕਦਾ ਸੀ। ਹੁਣ ਇੱਥੇ ਮੈਂ ਇੱਕ ਚੀਜ਼ ਮੈਨਸ਼ਨ ਕਰਦਾ, ਮੇਰਾ ਓਬਜੈਕਟਿਵ ਪੈਸੇ ਕਮਾਉਣਾ ਨਹੀਂ ਹੈ ਇਸ ਵੀਡੀਓ ਤੋਂ, ਨਹੀਂ ਤਾਂ ਮੈਂ ਵੀ ਇਸ ਐਪ ਦਾ ਲਿੰਕ ਆਪਣੇ ਡਿਸਕ੍ਰਿਪਸ਼ਨ ਵਿੱਚ ਦੇ ਸਕਦਾ ਸੀ। ਮੇਰਾ ਮੋਟਿਵ ਹੈ ਤੁਹਾਨੂੰ ਐਜੂਕੇਟ ਕਰਨਾ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਮੈਂਟ ਜ਼ਰੂਰ ਕਰ ਦਿਓ, ਬਸ ਉਹੀ ਮੇਰੀ ਕਮਾਈ ਹੈ। ਹੁਣ ਯੋਨੋ ਐਪ ਡਾਊਨਲੋਡ ਕਰਦੇ ਹੀ SBI ਤੁਹਾਡੇ ਤੋਂ ਪਹਿਲਾਂ ਫੋਨ ਦਾ ਲੋਕੇਸ਼ਨ ਐਕਸੈਸ ਮੰਗੇਗਾ, ਉਹ ਅਨੇਬਲ ਕਰਨਾ ਪਏਗਾ ਤੁਹਾਨੂੰ। ਇੱਥੇ ਤੁਸੀਂ ਵਾਈਲ ਯੂਜ਼ਿੰਗ ਦਾ ਐਪ 'ਤੇ ਕਲਿੱਕ ਕਰਕੇ ਅੱਗੇ ਵੱਧ ਸਕਦੇ ਹੋ। ਹੁਣ ਜੋ ਨੈਕਸਟ ਸਕਰੀਨ ਖੁੱਲੇਗੀ ਉਹਦੇ ਵਿੱਚ ਤੁਹਾਨੂੰ ਨੀਚੇ ਜਾ ਕੇ ਓਪਨ ਸੇਵਿੰਗ ਅਕਾਊਂਟ 'ਤੇ ਕਲਿੱਕ ਕਰਨਾ ਆਏਗਾ। ਨੈਕਸਟ ਸਕਰੀਨ ਦੇ ਵਿੱਚ ਤੁਹਾਨੂੰ ਕਈ ਸਾਰੇ ਆਪਸ਼ਨਸ ਦੇਖਣ ਨੂੰ ਮਿਲਣਗੇ, ਬਟ ਤੁਸੀਂ ਉਹਨਾਂ ਦੇ ਨੀਚੇ ਤੁਹਾਨੂੰ ਦਿਖੇਗਾ ਇੰਸਟਾ ਪਲੱਸ ਸੇਵਿੰਗ ਅਕਾਊਂਟ, ਤੁਸੀਂ ਉੱਥੇ ਕਲਿੱਕ ਕਰਨਾ। ਹੁਣ ਇੱਥੇ ਤੁਸੀਂ ਜਿਵੇਂ ਹੀ ਕਲਿੱਕ ਕਰੋਗੇ ਤੁਹਾਨੂੰ ਦੋ ਆਪਸ਼ਨਸ ਮਿਲਣਗੇ, ਵਿਦਆਊਟ ਬ੍ਰਾਂਚ ਵਿਜ਼ਿਟ ਅਤੇ ਵਿਦ ਬ੍ਰਾਂਚ ਵਿਜ਼ਿਟ। ਜੇਕਰ ਤੁਹਾਡਾ ਮੋਬਾਈਲ ਨੰਬਰ ਅਤੇ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੈ, ਫਿਰ ਜਾਂ ਫਿਰ ਕਿਸੇ ਵੀ ਕਾਰਨ ਕਰਕੇ KYC ਦੇ ਵਿੱਚ ਇਸ਼ੂ ਆ ਸਕਦਾ ਹੈ, ਤਾਂ ਤੁਸੀਂ ਵਿਦ ਬ੍ਰਾਂਚ ਵਿਜ਼ਿਟ 'ਤੇ ਕਲਿੱਕ ਕਰੋਗੇ। ਅਗਰ ਸਾਰਾ ਕੁਝ ਸੋਰਟਡ ਹੈ ਤਾਂ ਤੁਸੀਂ ਵਿਦਆਊਟ ਬ੍ਰਾਂਚ ਵਿਜ਼ਿਟ 'ਤੇ ਕਲਿੱਕ ਕਰ ਸਕਦੇ ਹੋ। ਹੁਣ ਇੱਥੇ ਸਾਰਾ ਕੁਝ ਸਾਡਾ ਸੋਰਟਡ ਹੈ ਤਾਂ ਅਸੀਂ ਵਿਦਆਊਟ ਬ੍ਰਾਂਚ ਵਿਜ਼ਿਟ 'ਤੇ ਕਲਿੱਕ ਕਰਾਂਗੇ। ਹੁਣ ਜਿਹੜੀ ਨੈਕਸਟ ਸਕਰੀਨ ਹੈ ਉੱਥੇ ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇਗਾ, ਆਈ ਵਾਂਟ ਟੂ ਓਪਨ ਅ ਸੈਲਰੀ ਅਕਾਊਂਟ। ਉਸ ਆਪਸ਼ਨ 'ਤੇ ਗਲਤੀ ਨਾਲ ਵੀ ਕਲਿੱਕ ਨਾ ਕਰਨਾ। ਨੈਕਸਟ ਸਟੈਪ ਦੇ ਵਿੱਚ ਤੁਹਾਨੂੰ ਸਟਾਰਟ ਅ ਨਿਊ ਐਪਲੀਕੇਸ਼ਨ 'ਤੇ ਕਲਿੱਕ ਕਰਨਾ। ਜਿਵੇਂ ਹੀ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਅੱਧਾ ਕੰਪਲੀਟ ਕਰਕੇ ਅੱਧਾ ਬਾਅਦ ਦੇ ਵਿੱਚ ਵੀ ਕੰਪਲੀਟ ਕਰ ਸਕਦੇ ਹੋ, ਤੇ ਇਦਾਂ ਦੇ ਕੇਸ ਦੇ ਵਿੱਚ ਤੁਸੀਂ ਰਿਜ਼ਿਊਮ ਐਪਲੀਕੇਸ਼ਨ 'ਤੇ ਕਲਿੱਕ ਕਰਨਾ ਹੋਏਗਾ। ਹੁਣ ਨੈਕਸਟ ਸਟੈਪ ਦੇ ਵਿੱਚ ਤੁਸੀਂ ਸਾਰੀਆਂ ਟਰਮਸ ਤੇ ਕੰਡੀਸ਼ਨ ਨੂੰ ਪੜ੍ਹ ਕੇ ਐਕਸੈਪਟ ਕਰਨਾ। ਫਿਰ ਤੁਹਾਡੇ ਤੋਂ ਮੋਬਾਈਲ ਨੰਬਰ ਤੇ ਈਮੇਲ ਆਈਡੀ ਮੰਗਿਆ ਜਾਏਗਾ। ਇੱਥੇ ਤੁਸੀਂ ਉਹੀ ਆਪਣਾ ਮੋਬਾਈਲ ਨੰਬਰ ਤੇ ਉਹੀ ਈਮੇਲ ਆਈਡੀ ਦੇਣੀ ਹੈ ਜੋ ਤੁਹਾਡੇ ਆਧਾਰ ਕਾਰਡ ਦੇ ਨਾਲ ਲਿੰਕ ਹੈ। ਅਗਰ ਇਦਾਂ ਨਹੀਂ ਹੈ ਤਾਂ ਤੁਹਾਨੂੰ ਬ੍ਰਾਂਚ ਜਾਣਾ ਪਏਗਾ। ਜਿਵੇਂ ਹੀ ਤੁਸੀਂ ਸਬਮਿਟ ਤੇ ਕਲਿੱਕ ਕਰੋਗੇ ਤੁਹਾਨੂੰ SMS ਤੇ ਈਮੇਲ ਤੇ OTP ਆਉਣਗੇ। ਨੈਕਸਟ ਸਟੈਪ ਦੇ ਵਿੱਚ ਉਹ ਦੋਨੋਂ OTP ਵੈਰੀਫਾਈ ਕਰਨੇ ਹੋਣਗੇ। ਹੁਣ ਇਸ ਤੋਂ ਨੈਕਸਟ ਸਕਰੀਨ ਦੇ ਵਿੱਚ ਗੱਲ ਕਰੀਏ ਤਾਂ ਤੁਹਾਨੂੰ ਪਾਸਵਰਡ ਕ੍ਰੀਏਟ ਕਰਨਾ ਹੋਏਗਾ। ਹੁਣ ਇੱਥੇ ਧਿਆਨ ਰਹੇ ਵੀ ਪਾਸਵਰਡ ਐਪ ਖੋਲ੍ਹਣ ਦੇ ਲਈ ਹੈ, ਟ੍ਰਾਂਜੈਕਸ਼ਨ ਵਾਲਾ ਜਿਹੜਾ ਪਾਸਵਰਡ ਹੈ ਉਹ ਥੋੜ੍ਹੀ ਦੇਰ ਬਾਅਦ ਬਣਵਾਇਆ ਜਾਏਗਾ। ਦੋਨੋਂ ਪਾਸਵਰਡਸ ਨੂੰ ਤੁਸੀਂ ਪਲੀਜ਼ ਕਿਤੇ ਸੰਭਾਲ ਕੇ ਰੱਖਿਓ, ਜੇਕਰ ਇਹ ਪਾਸਵਰਡ ਗੁੰਮ ਹੋ ਗਏ ਤਾਂ ਤੁਹਾਨੂੰ ਕਾਫੀ ਮੁਸ਼ਕਲ ਆ ਸਕਦੀ ਹੈ। ਹੁਣ ਐਪਲੀਕੇਸ਼ਨ ਪਾਸਵਰਡ ਗੁੰਮ ਹੋਣ 'ਤੇ ਤੁਸੀਂ ਇੱਕ ਸਿਕਿਉਰਟੀ ਕੁਐਸਚਨ ਵੀ ਸੈੱਟ ਕਰ ਸਕਦੇ ਹੋ। ਨੈਕਸਟ ਸਟੈਪ ਦੇ ਵਿੱਚ ਤੁਹਾਨੂੰ FATCA CRS ਡਿਕਲੇਰੇਸ਼ਨ ਐਗਰੀ ਕਰਨਾ ਹੋਏਗਾ। ਇਹਦਾ ਸਿੰਪਲ ਜਿਹਾ ਮਤਲਬ ਹੈ ਕਿ ਤੁਸੀਂ ਇੱਕ ਇੰਡੀਅਨ ਰੈਜੀਡੈਂਟ ਹੋ ਅਤੇ ਤੁਸੀਂ ਟੈਕਸ ਵਗੈਰਾ ਵੀ ਇੰਡੀਆ ਦੇ ਵਿੱਚ ਹੀ ਭਰਦੇ ਹੋ। ਨੈਕਸਟ ਸਟੈਪ ਦੇ ਵਿੱਚ ਤੁਹਾਨੂੰ ਆਪਣੀ ਪਰਸਨਲ ਡਿਟੇਲਸ ਭਰਨੀ ਹੋਏਗੀ, ਸਟਾਰਟਿੰਗ ਵਿਧੀ ਔਰ ਆਧਾਰ ਨੰਬਰ। ਆਧਾਰ ਨਹੀਂ ਐਂਟਰ ਕਰਨਾ ਤਾਂ ਤੁਸੀਂ ਆਪਣੀ VID ਨੰਬਰ ਐਂਟਰ ਕਰ ਸਕਦੇ ਹੋ। ਅਗਲੇ ਸਟੈਪ ਦੇ ਵਿੱਚ ਤੁਹਾਡੇ ਆਧਾਰ ਕਾਰਡ ਨਾਲ ਜਿਹੜਾ ਵੀ ਨੰਬਰ ਲਿੰਕ ਹੋਏਗਾ ਉਹਦੇ 'ਤੇ OTP ਆਏਗਾ ਅਤੇ ਉਹ OTP ਤੁਸੀਂ ਐਂਟਰ ਕਰਨਾ। ਹੁਣ ਨੈਕਸਟ ਸਟੈਪ ਦੇ ਵਿੱਚ ਤੁਹਾਡੇ ਆਧਾਰ ਦੇ ਨਾਲ ਜੋ ਵੀ ਇਨਫੋਰਮੇਸ਼ਨ ਲਿੰਕਡ ਹੈ, ਤੁਹਾਡਾ ਨਾਮ, ਡੇਟ ਆਫ ਬਰਥ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੇ ਦਿਖਾਈ ਦੇਣਗੀਆਂ ਅਤੇ ਜੇਕਰ ਸਾਰਾ ਕੁਝ ਸਹੀ ਹੈ ਤਾਂ ਤੁਸੀਂ ਨੈਕਸਟ 'ਤੇ ਕਲਿੱਕ ਕਰਨਾ। ਅਗਲੀ ਸਕਰੀਨ 'ਤੇ ਤੁਹਾਡਾ ਐਡਰੈਸ ਭਰਨਾ ਹੋਏਗਾ, ਉਹ ਸਾਰਾ ਕੁਝ ਭਰ ਕੇ ਤੁਸੀਂ ਨੈਕਸਟ 'ਤੇ ਕਲਿੱਕ ਕਰਨਾ। ਨੈਕਸਟ ਸਕਰੀਨ ਦੇ ਵਿੱਚ ਤੁਸੀਂ ਆਪਣੇ ਪੈਨ ਕਾਰਡ ਦਾ ਨੰਬਰ ਭਰਨਾ ਹੋਏਗਾ ਅਤੇ ਨੈਕਸਟ 'ਤੇ ਕਲਿੱਕ ਕਰਨਾ। ਉਸ ਤੋਂ ਬਾਅਦ ਤੁਸੀਂ ਆਪਣੇ ਆਧਾਰ ਕਾਰਡ ਦੀ ਫੋਟੋ ਖਿੱਚ ਕੇ ਅਪਲੋਡ ਕਰਨੀ ਹੋਏਗੀ। ਹੁਣ ਅਗਲੀਆਂ ਕੁਝ ਸਕਰੀਨਸ ਦੇ ਵਿੱਚ ਤੁਹਾਨੂੰ ਤੁਹਾਡੀ ਐਜੂਕੇਸ਼ਨਲ ਕੁਆਲੀਫਿਕੇਸ਼ਨ, ਮੈਰੀਟਲ ਸਟੇਟਸ, ਆਕੂਪੇਸ਼ਨ, ਐਨੂਅਲ ਇਨਕਮ, ਰਿਲੀਜਨ, ਕੈਟੇਗਰੀ, ਇਹ ਸਾਰੀਆਂ ਚੀਜ਼ਾਂ ਭਰਨੀਆਂ ਹੋਣਗੀਆਂ। ਨੈਕਸਟ ਸਟੈਪ ਦੇ ਵਿੱਚ ਤੁਸੀਂ ਆਪਣੀ ਨੋਮੀਨੀ ਡਿਟੇਲਸ ਭਰਨੀਆਂ ਹੋਣਗੀਆਂ ਅਤੇ ਆਪਣੀ ਹੋਮ ਬ੍ਰਾਂਚ ਸਿਲੈਕਟ ਕਰਨੀ ਪਏਗੀ। ਬਸ ਇਹ ਪ੍ਰੋਸੈਸ ਆਲਮੋਸਟ ਖਤਮ ਹੋਣ ਵਾਲੀ ਹੈ। ਹੁਣ ਇਸ ਤੋਂ ਬਾਅਦ ਅਗਲੇ ਸਟੈਪ ਦੇ ਵਿੱਚ ਜਿਹੜਾ ਤੁਹਾਡਾ ਡੈਬਿਟ ਕਾਰਡ ਆ ਤੁਸੀਂ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰ ਸਕਦੇ ਹੋ। ਆਪਣੇ ਕਾਰਡ 'ਤੇ ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ। ਇਸ ਤੋਂ ਬਾਅਦ ਤੁਹਾਡੇ ਲਈ ਇੱਕ ਟੋਕਨ ਨੰਬਰ ਜਨਰੇਟ ਹੋ ਜਾਏਗਾ। ਇਸ ਟੋਕਨ ਨੰਬਰ ਨੂੰ ਤੁਸੀਂ ਨੋਟ ਡਾਊਨ ਕਰਕੇ ਰੱਖ ਲੈਣਾ ਜੋ ਤੁਹਾਡੀ ਵੀਡੀਓ KYC ਹੋਏਗੀ, ਉੱਥੇ ਇਹ ਤੁਹਾਡੇ ਕੰਮ ਆਏਗਾ। ਹੁਣ ਅਗਲੇ ਸਟੈਪ ਦੇ ਵਿੱਚ ਤੁਹਾਡੀ ਵੀਡੀਓ KYC ਹੋਏਗੀ। KYC ਹੋਣ ਤੋਂ ਪਹਿਲਾਂ ਤੁਹਾਡਾ ਪੈਨ ਕਾਰਡ, ਤੁਹਾਡਾ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਅਤੇ 2 ਬਲੈਂਕ ਪੇਪਰ ਅਤੇ ਪੈਨ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ। ਵੀਡੀਓ KYC ਦੇ ਲਈ ਤੁਹਾਡੇ ਫੋਨ ਦਾ ਕੈਮਰਾ, ਮਾਈਕਰੋਫੋਨ ਅਤੇ ਲੋਕੇਸ਼ਨ ਦਾ ਐਕਸੈਸ ਤੁਹਾਨੂੰ ਦੇਣਾ ਪਏਗਾ। ਵੀਡੀਓ KYC ਦੇ ਵਿੱਚ SBI ਦੇ ਅਫੀਸ਼ੀਅਲ ਤੁਹਾਡੇ ਤੋਂ ਕੁਝ ਸਵਾਲ ਪੁੱਛਣਗੇ, ਜਿਵੇਂ ਕਿ ਤੁਹਾਡਾ ਡੇਟ ਆਫ ਬਰਥ, ਨਾਮ ਵਗੈਰਾ, ਅਤੇ ਤੁਹਾਨੂੰ ਆਪਣਾ ਪੈਨ ਕਾਰਡ ਅਤੇ ਆਧਾਰ ਕਾਰਡ ਦਿਖਾਉਣਾ ਪਏਗਾ। ਹੁਣ ਵੀਡੀਓ KYC ਹੋਣ ਤੋਂ ਬਾਅਦ ਤੁਹਾਡਾ ਅਕਾਊਂਟ ਐਕਟੀਵੇਟ ਹੋ ਜਾਏਗਾ ਅਤੇ ਤੁਸੀਂ ਨੋਰਮਲੀ ਇਹਨੂੰ ਯੂਜ਼ ਕਰ ਸਕਦੇ ਹੋ। ਹੁਣ ਅਕਾਊਂਟ ਐਕਟੀਵੇਟ ਹੋਣ ਤੋਂ 3-4 ਦਿਨ ਬਾਅਦ ਤੁਹਾਡਾ ਜਿਹੜਾ ਡੈਬਿਟ ਕਾਰਡ ਹੈ, ਫਿਜ਼ੀਕਲ ਡੈਬਿਟ ਕਾਰਡ, ਉਹ ਤੁਹਾਡੇ ਕੋਲ ਪਹੁੰਚ ਜਾਏਗਾ। ਬਾਕੀ ਜੇਕਰ ਇਹ ਅਕਾਊਂਟ ਓਪਨ ਕਰਨ ਦੇ ਵਿੱਚ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਤੁਸੀਂ ਇਹਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਦੇ ਵਿੱਚ ਦੱਸਣਾ ਨਾ ਭੁੱਲਿਓ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।